ਤੁਹਾਡੇ ਕੋਲ ਇੱਕ ਪੈਨ ਹੈ ਜਿਹਦਾ ਰੰਗ ਵੀ ਲਾਲ ਹੈ ਉਹਦੇ ਅੰਦਰ ਇੰਕ ਵੀ ਲਾਲ ਹੈ ਬਟ ਉਹ ਲਿਖਦਾ ਨੀਲਾ ਕਿੱਦਾਂ ਦੋਨੋਂ ਪਾਸੇ ਵਾਲਾ ਹੋਣਾ ਨਹੀਂ 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 ਬਾਲ ਪੈਨ ਤੁਹਾਡੇ ਕੋਲ ਇੱਕ ਪੈਨ ਹੈ ਹਾਂ ਠੀਕ ਹੈ ਤੁਹਾਡੇ ਕੋਲ ਇੱਕ ਪੈਨ ਹੈ ਨਹੀਂ ਬਲੂ ਪੈਨ ਨਹੀਂ ਉਹਦੇ ਅੰਦਰ ਇੰਕ ਜਿਹੜੀ ਹੈ ਉਹ ਬਲੂ ਨਹੀਂ ਪਰ ਲਾਲ ਹੈ ਉਹ ਲਾਲ ਹੈ ਇੰਕ ਵੀ ਲਾ ਇੰਕ ਵੀ ਲਾਲ ਹੈ ਸ਼ੇਈ ਕੱਢ ਕੇ ਹੋਰ ਪਾਰਾਂਗੇ ਭਾਜੀ ਪਹਿਲਾਂ ਹੀ ਹੱਸ ਪਏ ਕਿ ਕਿਹੜੀ ਐਸੀ ਚੀਜ਼ ਹੈ ਜਿਹੜੀ ਫਟਣ ਤੇ ਆਵਾਜ਼ ਨਹੀਂ ਆਉਂਦੀ ਮੈਂ ਤੁਹਾਨੂੰ WhatsApp ਤੇ ਮੈਸੇਜ ਕਰ ਦਿੰਦਾ ਬੜਾ ਪਰਸਨਲ ਹੋਇਆ ਜਿਵੇਂ ਤੁਹਾਨੂੰ ਮੈਸੇਜ ਕਰਦਾ ਲਾਈਵ ਚੱਲਦਾ ਪਿਆ ਮੈਂ ਤੁਹਾਨੂੰ WhatsApp ਕਰ ਦਿੰਦਾ ਹਾਂ ਉਹ ਜਿਹੜੀ ਸੀ ਗੱਲ ਹੈ ਕਿਹੜੀ ਐਸੀ ਚੀਜ਼ ਹੈ ਜਿਹੜੀ ਆਵਾਜ਼ ਨਹੀਂ ਆਉਂਦੀ ਹਿੰਟ ਦੇ ਦਿੰਦਾ ਆਪਣਾ ਕਿਚਨ ਚ ਹੁੰਦਾ ਕਿਚਨ ਚ ਹਾਂ ਕਾਗਜ਼ ਫਟ ਜਾਂਦਾ ਆਵਾਜ਼ ਨਹੀਂ ਆਉਂਦੀ ਆਂਦੀ ਭਾਜੀ ਆਵਾਜ਼ ਆਉਂਦੀ ਕਾਗਜ਼ ਦੀ ਮਿਸ਼ਰ ਫਟਣ ਦੀ ਆਵਾਜ਼ ਆਉਗੀ ਆਉਗੀ ਇਦਾਂ ਹੋ ਹੀ ਨਹੀਂ ਸਕਦਾ ਨਾ ਹਾਂ ਅਗਰ ਇੱਕ ਆਂਡਾ 4 ਮਿੰਟ ਚ ਉਬਲਦਾ ਹੈ 4 ਅੰਡੇ ਕਿੰਨੇ ਮਿੰਟ ਚ ਉਬਲਣਗੇ 4 ਮਿੰਟ ਚ ਉਬਲਣਗੇ ਕੀ ਬਾਤ ਹੈ 4 ਮਿੰਟ ਦੇ ਵਿੱਚ ਇੱਕ ਅੰਡਾ ਉਬਲਦਾ ਚਾਰੋਂ ਇਕੱਠੇ ਪਾ ਦਿਓ ਆਏ ਕੀ ਬਾਤ ਸਹੀ ਟਿਕਾਣੇ ਲਈਏ ਸਹੀ ਟਿਕਾਣੇ 4 ਮਿੰਟ ਚ 4 ਅੰਡੇ ਜੇਕਰ ਤੁਹਾਡੇ ਘਰ ਪਰੌਣੇ ਆਉਂਦੇ ਗੈਸਟ ਆਉਂਦੇ ਆ ਠੀਕ ਹੈ ਜੀ ਤੇ ਤੁਹਾਡੇ ਘਰ ਹੁਣ ਸਬਜ਼ੀ ਘੱਟ ਪੈ ਗਈ ਹੈ ਜਾਣ ਦਾ ਟਾਈਮ ਨਹੀਂ ਹੈ ਤੇ ਸਬਜ਼ੀ ਲਿਆਉਣ ਦੇ ਪੈਸੇ ਨਹੀਂ ਹੈ ਫਿਰ ਤੁਸੀਂ ਕੀ ਕਰੋਗੇ ਸਬਜ਼ੀ ਦੇਖ ਕੇ ਸਾਰਿਆਂ ਤੋਂ ਕਾਉਂਟਰੀ ਮੰਗ ਕੇ ਵਾਪਸ ਆਰਡਰ ਕਰ ਲਾਂਗੇ ਕਿਚਨ ਚ ਹਾਂ ਕੀ ਦਰਦ ਫਟਣ ਤੇ ਕੀ ਬਾਤ ਹੈ ਜੀ ਕਿਉਂਕਿ ਪੈਨ ਨੇ ਉਹ ਲਿਖਿਆ ਤੂੰ ਬਲੂ ਤੋਂ ਲਿਖੇਗਾ ਹੀ ਹਾਂ ਕੀ ਬਾਤ ਹੈ ਤੁਸੀਂ ਇੰਟੈਲੀਜੈਂਟ ਹੈਗੇ ਵੀ ਤੁਹਾਡੀ ਤਾਂ ਫੇਵਰਿਟ ਸਬਜ਼ੀ ਹੋਣੀਆਂ ਚਾਹੀਦੀਆਂ 5-7 ਹੋਣੀਆਂ ਚਾਹੀਦੀਆਂ ਜਿਹੜਾ ਪਹਿਲਾਂ ਮੈਂ ਸਵਾਲ ਪੁੱਛਿਆ ਨਾ ਕਿ ਸਬਜ਼ੀ ਵਾਲਾ ਹੈ ਨਾ ਉਹ ਕੀ ਕਰਾਂਗੇ ਆਪਾਂ ਸਬਜ਼ੀ ਡੋਲ ਸਕਦੇ ਹਾਂ ਇੱਕ ਉਹ ਵੀ ਆਪਸ਼ਨ ਹੈ ਅਸੀਂ ਕਰਾਂਗੇ ਸਬਜ਼ੀ ਦੇ ਵਿੱਚ ਮਿਰਚਾਂ ਜ਼ਿਆਦਾ ਪਾ ਦਾਂਗੇ ਅੱਛਾ ਹਾਂ ਇਹ ਵੀ ਸਹੀ ਹੈ ਐਸਾ ਕਿਹੜਾ ਜਾਨਵਰ ਹੈ ਜਿਹੜਾ ਪੜਦਾ ਨਹੀਂ ਪਰ ਫੇਲ ਹੋ ਜਾਂਦਾ ਗਧਾ 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 ਨਹੀਂ ਸਾਈਕਲ ਦੇ ਨਾਲ ਰਿਲੇਟਡ ਆ ਉਹ ਜਾਨਵਰ ਦੱਸੋ ਪਾਸ ਉਹਦੇ ਨਾਮ ਦੇ ਲਾਣ ਲੱਗਦਾ ਫੇਲ ਜੈਕਫਰੂਟ ਨਹੀਂ ਡਰੈਗਨ ਫਰੂਟ ਨਹੀਂ ਨਹੀਂ ਸਰ ਇਹਦਾ ਤਾਂ ਮੈਨੂੰ ਪਤਾ ਇਹਦਾ ਨਹੀਂ ਪਤਾ ਨਹੀਂ ਪਾਪਈਆਂ ਪੜਦਾ ਨਹੀਂ ਪਰ ਫੇਲ ਹੋ ਜਾਂਦਾ ਹੈ ਉਹ ਬੈਠਾ ਉਹ ਕਿੰਦੇ ਤੂੰ ਫੇਲ ਹੁੰਦਾ ਉੱਲੂ ਵਿੱਚ ਫੇਲ ਹੁੰਦਾ ਨਹੀਂ ਉੱਲੂ ਫੇਲ ਨਹੀਂ ਹੁੰਦਾ ਜਾਨਵਰ ਕਿਹੜਾ ਸਟੱਡੀ ਕਰਦੇ ਆ ਨਹੀਂ ਭਾਜੀ ਪਰ ਫੇਲ ਹੁੰਦੇ ਆ ਨਾ ਬਾਕੀ ਫੇਲ ਵੀ ਨਹੀਂ ਨਾ ਹੁੰਦੇ ਪਤਾ ਨਹੀਂ ਤੇ ਭਾਜੀ ਜਦੋਂ ਕਰਦਾ ਹੀ ਨਹੀਂ ਜਾਨਵਰ ਸਟੱਡੀ ਕਰ ਹੀ ਨਹੀਂ ਸਕਦਾ ਤੇ ਫੇਲ ਹੀ ਪਰ ਉਹ ਹੁੰਦਾ ਸੀ ਆਪਾਂ ਕੀ ਕਹਿੰਦੇ ਹੁੰਦੇ ਕਿ ਸਾਈਕਲ ਰਿਲੇਟਡ ਉਹਦੇ ਡੈਸ਼ ਫੇਲ ਹੋ ਗਏ ਬ੍ਰੇਕ ਫੇਲ ਹੋ ਗਏ ਨਹੀਂ ਅਨੋਖੇ ਸਵਾਲ ਨੇ ਵੀਰੇ ਕਿੱਥੋਂ ਲਿਆਂਦੇ ਨੇ ਖੋਤਾ ਗਧਾ ਅੱਦਾ ਕੁਛ ਹਾਂ ਹਾਂ ਆਪਾਂ ਕਹਿੰਦੇ ਡੈਸ਼ ਫੇਲ ਹੋ ਗਿਆ ਨਹੀਂ ਨਹੀਂ ਸਾਈਕਲ ਮਿਲ ਗਈ ਡੌਗੀ ਬਿੱਲੀ ਹਾਂ ਹਾਂ ਬਿਲਕੁਲ ਸਹੀ ਹੈ ਬਟ ਤੁਸੀਂ ਡੌਗੀ ਬਿੱਲੀ ਹੋਏਗਾ ਬੇਟੀ ਦੇਖ ਲੈ ਤੇਰੇ ਨਾਮ ਤੇ ਆ ਗਈ ਗੱਲ ਇਹ ਤੇਰੀ ਗੱਲ ਕਰਦੇ ਮੈਨੇ ਵਿੱਚ ਤੈਨੂੰ ਜਾਨਵਰ ਕਹਿਤਾ ਨਾ ਅਸੀਂ ਫਿੱਟੀਆਂ ਦੀ ਫੇਲ ਬੋਲਦੇ ਹਾਂ ਹੈ ਫਿੱਟੀਆਂ ਦੀ ਫੇਲ ਆ ਹੀ ਨਾ ਜਾਵੇ ਕਿਤੇ ਵਾ 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 ਹੁੰਡੇ ਵਿੱਚ ਕੁੱਤੇ ਅੱਛਾ ਕੁੱਤਾ ਫੇਲ ਹੋ ਗਿਆ ਯਾਰ ਸਾਈਕਲ ਦੇ ਨਾਲ ਬਹੁਤ ਜ਼ਿਆਦਾ ਰਿਲੇਟਡ ਆ ਇਹ ਕੁੱਤੇ ਸਾਈਕਲ ਦੇ ਵਿੱਚ ਹੁੰਦੇ ਨੇ ਕੁੱਤੇ ਹਾਂ